ਜਿਹੜੇ ਤਿੰਨ ਖੇਤੀ ਕਾਨੂੰਨ ਨੇ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਸੀ ਖੇਤੀ ਕਾਨੂੰਨ ਤਾਂ ਵਾਪਸ ਹੋ ਹੀ ਹੋਏ ਪਰ ਨਸਲਾਂ ਦੀ ਗੱਲ ਜਿਹੜੀ ਹੈ ਉਹ ਉੱਥੇ ਸਟਕ ਹੋਈ ਨੌਜਵਾਨੀ ਨੂੰ ਹੁਣ ਸਿੱਧੇ ਤੌਰ ਤੇ ਆਪਣੀਆਂ ਜਣਾ ਨਾਲ ਜੁੜਨ ਦੀ ਗੱਲ ਹੈ ਕਿ ਅਮਰਤ ਛਕੋ ਗੁਰੂ ਵਾੜੇ ਬਣੋ ਨਸ਼ਿਆਂ ਦਾ ਤਿਆਗ ਕਰੋ ਉਹਨਾਂ ਨੂੰ ਇਹ ਫਿਕਰ ਪਿਆ ਕਿ ਬਈ ਜਿਹੜਾ ਅਮਰਤ ਛਕਣ ਦਾ ਮਤਲਬ ਤਾਂ ਗੁਰੂ ਨੂੰ ਸਿਰ ਦੇਣਾ ਹੈ ਸਿਰ ਦੇਣ ਦਾ ਮਤਲਬ ਹੈ ਕਿ ਖਾਲਸਾ ਬਾਦਸ਼ਾਹ ਜਾਂ ਬਾਗੀ ਹੈ ਜਿਹੜਾ ਉਤਸ਼ਾਹ ਇਸ ਕਿਸਮ ਦਾ ਪੰਜਾਬ ਦੀ ਫਜ਼ਾ ਦਾ ਵਿੱਚ ਨੌਜਵਾਨੀ ਦੇ ਵਿੱਚ ਦੇਖਣ ਵਾਲਾ ਆਇਆ ਇਸ ਨੇ ਜਿਹੜਾ ਉਹਨਾਂ ਨੂੰ ਵਕਤ ਪਾਇਆ ਹੋਇਆੂੰ ਆਨੀ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ ਸੁਪਨਾ ਪੂਰੀ ਆਨੰਦ ਦਾ ਬੇਨੂਰ ਦਰਾਡਾ ਦਸ ਕੋ ਬਰੇਤਵਾਤਾ ਪਾਤਨ ਸੋਬ ਨੂੰ ਜਿਆਂ ਕਹਿੰਦੇ ਆ ਸੋ ਗੱਲਬਾਤ ਕਰਨ ਜਾ ਰਹੇ ਆ ਕਿ ਪੰਜਾਬ ਦੀ ਨੌਜਵਾਨੀ ਵਿੱਚ ਆਏ ਪੰਥਕੋ ਬਾਹਰ ਨੇ ਭਾਰਤੀ ਏਜੰਸੀਆਂ ਦੀ ਨੀਂਦ ਡੜੀ ਹੈ ਉਹ ਉਡਾਈ ਹੋਈ ਹੈ ਸੋ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਸਿੱਖ ਨੌਜਵਾਨੀ ਆਪਣੀ ਹੋਣ ਦੀ ਲੜਾਈ ਅਤੇ ਪਾਸ਼ਾਈ ਦਾਅਵੇ ਲਈ ਮਰਨ ਮਾਰਨ ਤੇ ਉਤਾਰੂ ਹੋ ਰਹੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਣੇ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੋ ਨਹੀਂ ਆ ਲਿਖਣੀ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ ਰਾਤ ਸਭ ਕੀ ਵਿਚਾਰਾਂ ਦੇ ਅ ਦੇਖੋ ਜਿਹੜਾ ਪੰਜਾਬ ਦੀ ਨੌਜਵਾਨੀ ਦੇ ਵਿੱਚ ਉਭਾਰ ਹੈ ਉਸ ਦਾ ਨੋਟਿਸ ਸਿਰਫ ਹੁਣ ਸੋਸ਼ਲ ਮੀਡੀਆ ਤੱਕ ਨਹੀਂ ਹੈ ਪਹਿਲੀ ਸਟੇਜ ਤੇ ਤਾਂ ਇੱਕ ਵੱਡਾ ਤਬਕਾ ਇਹਨੂੰ ਇਹ ਕਹਿ ਕੇ ਡਿਸਪੈਂਸ ਕਰ ਦਿੰਦਾ ਸੀ ਕਿ ਸੋਸ਼ਲ ਮੀਡੀਆ ਵਾਰੀਅਰਸ ਨੇ ਇਸ ਤੋਂ ਬਿਨਾ ਕੁਝ ਨਹੀਂ ਹੈ ਔਰ ਇਹ ਜਸਟ ਇਨਾਂ ਦੀ ਪਾਸ ਟਾਈਮ ਹੌਬੀ ਹੈ ਲੇਕਿਨ ਹੁਣ ਜੇ ਤੁਸੀਂ ਇੰਡੀਅਨ ਮੇਨਸਟ੍ਰੀਮ মিডিਆ ਇਵਨ ਉਹਨਾਂ ਦੇ ਟੀਵੀ ਚੈਨਲਸ অর ਇਵਨ ਪ੍ਰਿੰਟ মিডিਆ ਦੇ ਵਿੱਚ ਵੀ ਦੇਖੋ ਤੇ ਉਹਨਾਂ ਦੀਆਂ ਏਜੰਸੀਆਂ ਜਾਂ ਉਹਨਾਂ ਦੇ ਜਿਹੜੇ ਉਹਨਾਂ ਨੇ ਆਪਣੇ ਤਨਖਾਈਏ ਕਿਸਮ ਦੇ ਟਾਂਟ-ਬਟਾਂਟ ਰੱਖੇ ਹੁੰਦੇ ਨੇ ਜਿਨ੍ਹਾਂ ਨੂੰ ਅਡ-ਅਡ ਫੀਲਡਸ ਦੇ ਆਪ ਹੀ ਐਕਸਪਰਟ ਬਣਾ ਦਿੰਦੇ ਨੇ ਪਤਾ ਨਹੀਂ ਕਿਹੜੀ ਫੈਕਟਰੀ ਆ ਜਿੱਦੇ ਜੋ ਐਕਸਪਰਟ ਬਣ ਕੇ ਨਿਕਲਦੇ ਨੇ ਪਰ ਜਿੰਨੂੰ ਮਰਜ਼ੀ ਜਦੋਂ ਉਹਨਾਂ ਨੇ ਇੱਕ ਖੌਫ ਦੀ ਵੇਵ ਕ੍ਰੀਏਟ ਕਰਨੀ ਹੈ ਉਹ ਉਸ ਕਿਸਮ ਦੇ ਐਕਸਪਰਟ ਸੋ ਕਾਲਡ ਕੱਢ ਲੈਂਦੇ ਨੇ ਲੇਕਿਨ ਜਿਹੜੇ ਜੈਨਿਊਨ ਚਿੰਤਕ ਨੇ ਪੰਥਕ ਦਰਦ ਰੱਖਣ ਵਾਲੇ ਨੇ ਜਾਂ ਜਿਹੜੀ ਇਮਾਨਦਾਰੀ ਨਾਲ ਜਿਨ੍ਹਾਂ ਦੇ ਕੰਨ ਵੀ ਪੰਜਾਬ ਦੀ ਧਰਤੀ ਦੇ ਨਾਲ ਜੁੜੇ ਹੋਏ ਨੇ ਅੱਖਾਂ ਵੀ ਪੰਜਾਬ ਦੀ ਧਰਤੀ 'ਚ ਕੀ ਹੋ ਰਿਹਾ ਉਹਨੂੰ ਪ੍ਰੋਪਰ ਦੇਖਦੇ ਆਣੇ ਤੇ ਉਹਨਾਂ ਦੇ ਵਿੱਚ ਤਾਂ ਚਾਅ ਉਤਸ਼ਾਹ ਹੈ ਕਿਉਂਕਿ ਬਹੁਤ ਵਾਰ ਅਜਿਹੇ ਸਮੇਂ ਆਂਦੇ ਨੇ ਜਦੋਂ ਮੈਂ ਜਦੋਂ ਅੱਜ ਅਸੀਂ ਭਾਈ ਹਰਜਿੰਦਰ ਸਿੰਘ ਜੰਦਾ ਭਾਈ ਸੁਖਦੇਵ ਸਿੰਘ ਸੁਖਾ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਔਰ ਇੱਕ ਪੀਰੀਅਡ ਸੀ ਜਦੋਂ ਜੂਨ 84 ਦਾ ਖੱਲੂਕਾਰਾ ਵਾਪਰਦਾ ਔਰ ਜਿਸ ਕਿਸਮ ਦੇ ਜ਼ੁਲਮ ਵਾਪਰ ਰਹੇ ਨੇ ਆਪਣੇ ਸਰ ਹਰਿੰਦਰ ਸਿੰਘ ਮਹਿਬੂਬ ਚਨਾ ਦੀ ਰਾਤ ਜਿਨ੍ਹਾਂ ਦੀ ਇੱਕ ਬੜੀ ਕਲਾਸਿਕ ਨਜ਼ਮਾਂ ਦੀ ਕਿਤਾਬ ਹੈ ਉਹਦੇ ਚ ਇਸ ਦਰਦਾ ਦੇ ਉੱਤੇ ਵੀ ਉਹਨਾਂ ਨੇ ਲਿਖਿਆ ਕਿ ਉਹਨਾਂ ਦੀਆਂ ਕੁਝ ਲਾਈਨਾਂ ਜਿਹੜੀਆਂ ਸਾਰੀ ਉਸ ਵੇਲੇ ਵਿਚਾਰ ਹੁੰਦੇ ਕਿਉਂਕਿ ਲੱਗਦਾ ਸੀ ਕਿ ਵੀ ਅਸੀਂ ਬੇਸਹਾਰਾ ਹੋ ਗਏ ਸਾਡਾ ਕੋਈ ਦੁਨੀਆ 'ਚ ਕਿਸੇ ਨੇ ਸੱਚ ਹਕ ਇਨਸਾਫ ਤੇ ਲਈ ਸਿੱਖ ਕੌਮ ਦੇ ਲਈ ਕੋਈ ਹਾਜ਼ਰ ਨਾਰਾ ਨਹੀਂ ਮਾਰਿਆ ਤਾਂ ਉਹਨਾਂ ਇੱਕ ਨਜ਼ਮ ਕਹੀ ਸੀ ਕਿ ਤੂੰ ਆਵੀ ਕਲਗੇ ਯਵਾਲਿਆ ਕੋਈ ਦੇਸ਼ ਨਾ ਸਾਡਾ ਸੁਪਨਾ ਪੂਰੀ ਆਨੰਦ ਦਾ ਬੇਨੂਰ ਦੁਰਾਡਾ ਔਰ ਤੇ ਟੈਂਡਾ ਰਹਿਮ ਪਛਾਨ ਕੇ ਮੈਂ ਨਿਸ਼ਚਾ ਕਰਿਆ ਰੁੱਤ ਕਾਮ ਪਰਦੇਸ ਦੀ ਕੋਈ ਬੂਟ ਨਾ ਹਰਿਆ ਸੁੰਝਾ ਸਤਲੁਜ ਚਰਾਂ ਤੋਂ ਬੇਨੀਰ ਹੈ ਦਰਿਆ ਰੁਲਦਾ ਨਾਮ ਹਜ਼ੂਰ ਦਾ ਕੋਈ ਵੇਸ ਨਾ ਸਾਡਾ ਤੂੰ ਬੋੜੀ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ ਸੁੰਝੇ ਪਤਣ ਚਰਾਂ ਦੇ ਕੋਈ ਖਬਰ ਨਾ ਤੈਨੂੰ ਸਤਲੁਜ ਭਰਿਆ ਲਾਹੂ ਦਾ ਛੱਡ ਮਿਲਿਏ ਕੈਨੂ ਸ਼ੌ ਤਕਦੀਰ ਦਾ ਖੇਡਦਾ ਬਿਨ ਦੱਸਿਆ ਮੈਨੂੰ ਮੁਲਖਾਂ ਵਾਲਿਆਂ ਲਾਇਆ ਦਰਵੇਸ਼ ਨਾਲ ਅਡਾ ਤੂੰ ਬੋੜੀ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ ਕਿ ਅਸੀਂ ਦਰਵੇਸ਼ਾਂ ਦੀ ਕੌਮ ਹੈ ਤੇ ਜਿਹੜੇ ਮੁਲਖਾਂ ਵਾਲੇ ਨੇ ਭਾਰਤੀ ਸਟੇਟ ਹੈ ਉਹਨੇ ਦਸ਼ਮੇ ਇਹਨਾਂ ਦਰਵੇਸ਼ਾਂ ਦੇ ਨਾਲ ਅਡਾ ਲਾਇਆ ਤੇ ਹੁਣ ਕਲਗੀ ਵਾਲਿਆ ਬੋੜੀ ਕਰ ਕਿਉਂਕਿ ਸਾਡਾ ਤਾਂ ਕੋਈ ਮੁਲਕ ਨਹੀਂ ਹੈਗੇ ਅਸੀਂ ਆਪਣੇ ਆਪ ਨੂੰ ਕਿਵੇਂ ਮੁਲਕ ਦੀ ਫੌਜ ਨਹੀਂ ਡਿਫੈਂਡ ਕਰੀਏ ਤੂੰ ਹੀ ਸਾਨੂੰ ਜਿਹੜਾ ਉਹ ਤਾਕਤ ਦੇ ਕਿ ਅਸੀਂ ਜਿਹੜਾ ਕਰ ਸਕੀਓ ਰਹੀ ਮੈਂ ਸਮਝਦਾ ਬੀ 30 ਵਰਿਆਂ ਬਾਅਦ ਜਦੋਂ ਅਸੀਂ ਭਾਈ ਹਰਜਿੰਦਰ ਸਿੰਘ ਜੰਦਾ ਭਾਈ ਸੁਖਦੇਵ ਸਿੰਘ ਸੁਖਾ ਦੀ ਸ਼ਹਾਦਤ ਉਹ ਗੱਲ ਕਰ ਰਹੇ ਅੱਜ ਔਰ 31 ਅਕਤੂਬਰ 1984 ਨੂੰ ਹੀ ਫਜ਼ਾ ਬਦਲੀ ਸੀ ਜਦੋਂ ਬਿਆਨ ਸਿੰਘ ਸਤਵੰਦ ਸਿੰਘ ਉਨਾ ਦੋਨਾਂ ਗੱਬਰੂਆਂ ਨੇ ਇੰਦਰਾ ਗਾਂਧੀ ਨੂੰ ਸਜ਼ਾਈ ਆਫਤਾ ਕੀਤਾ ਸੀ ਤੇ ਉਦੋਂ ਵੀ ਸਰ ਮਹਿਬੂਬ ਦੀ ਕਲਮ ਚੱਲਦੀ ਸੀ ਕਿ ਕਿਵੇਂ ਜਿਹੜਾ ਉਹ ਬਿਆਨ ਸਿੰਘ ਜਿਸ ਜਿਹੜਾ ਟੱਠਿਆ ਕਾਲ ਤਖਤ ਦੇ ਸਾਹਮਣੇ ਆਇਆ ਔਰ ਕਿਵੇਂ ਉਸ ਨੂੰ ਰੋਹ ਚੜਦਾ ਤੇ ਕਿਵੇਂ ਫੇਰ ਜੜੀਆਂ ਨੇ ਉਹ ਕਲਗੀ ਵਾਲੇ ਦੇ ਪਿਆਰ ਦੀਆਂ ਰਿਸ਼ਮਾਂ ਬਿਆਨਤ ਦੇ ਜਿਹੜਾ ਉਹ ਚਿਹਰੇ ਤੇ ਪੈਂਦੀਆਂ ਨੇ ਔਰ ਕਿਵੇਂ ਫਿਰ ਇਹ ਇਨਾ ਵੱਡਾ ਜਿਹੜਾ ਕਾਰਨਾਮਾ ਉਹ ਸੰਗਜਾਮ ਦਿੱਤਾ ਜਾਂਦਾ ਹੈ ਸੋ ਅੱਜ ਜਦੋਂ ਅਸੀਂ ਏਜੰਸੀਆਂ ਦੇ ਫਿਕਰ ਦੀ ਗੱਲ ਕਰਦੇ ਹਾਂ ਕਿਉਂਕਿ ਉਦੋਂ ਵੀ ਉਹਨਾਂ ਨੇ ਇਹ ਸਮਝ ਲਿਆ ਸੀ ਕਿ ਬਹੁਤ ਸਾਰਿਆਂ ਨੂੰ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮਕਾਮ ਤੇ ਘੇਰ-ਘੇਰ ਕੇ ਮਾਰਿਆ ਅਗਲੇ ਕਈ ਮਹੀਨੇ ਪੰਜਾਬ ਦੇ ਵਿੱਚ ਫੌਜ ਨੇ ਆਪਰੇਸ਼ਨ ਵੁੱਡ ਰੋਜ਼ ਦੇ ਨਾਂ ਥੱਲੇ 12000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਸਿੱਖ ਜਵਾਨੀ ਦਾ ਸ਼ਿਕਾਰ ਕੀਤਾ ਫਿਰ ਅਗਲਾ ਪੂਰਾ ਦਾ ਹੱਕਾ ਝੂਠੇ ਪੁਲਿਸ ਮੁਕਾਬਲਿਆਂ ਦਾ سلسلہ ਜਾਰੀ ਰਿਹਾ ਫਿਰ ਡਰਗ ਵਾਰਫੇਅਰ ਪਰਪਾ ਕੀਤੀ ਫਿਰ ਉਹ ਮਾਹੌਲ ਤਿਆਰ ਕੀਤਾ ਕਿ ਜਿੱਥੇ ਵੱਡੇ ਪੈਮਾਨੇ ਤੇ ਹਿਜਰਤ ਹੋ ਸਕੇ ਛੋਟੇ ਦਿਨ ਕੋਈ ਸ਼ੱਕ ਨਹੀਂ ਹੈ ਕਿ ਉੱਥੇ ਇਕਨੋਮਿਕਲ ਓਪਰਚ्युनिटीज ਵੀ ਖਤਮ ਕਰ ਦਿੱਤੀਆਂ ਗਈਆਂ ਡਰੱਗਸ ਨੇ ਔਰ ਡਰ ਨੇ ਐਸਾ ਮਾਹੌਲ ਸਿਰਜਿਆ ਕਿ ਮਾਪਿਆਂ ਨੂੰ ਪਹਿਲੀ ਵਾਰ ਸੀ ਆਦਰਵਾਇਜ਼ ਜੇ ਅਸੀਂ ਪਰਦੇਸ ਜਾਣ ਦੀ ਗੱਲ ਕਰੀਏ ਇਹ ਨਹੀਂ ਸੀ ਹੋਇਆ ਕਦੇ ਕਿ ਬੀਬੀਆਂ ਪਰਦੇਸ ਗਈਆਂ ਹੋ ਹਮੇਸ਼ਾ ਬੰਦੇ ਹੀ ਪਾਵੇਂ ਬਾਹਰੀ ਬਰਸੀ ਖੱਟਣ ਗਿਆ ਸੀ ਦੀ ਗੱਲ ਵੀ ਹੁੰਦੀ ਸੀ ਤੇ ਬੰਦੇ ਹੀ ਜਾਂਦੇ ਸੀ ਕਿਉਂਕਿ ਉਹ ਜਿਹੜੇ ਅਨਨੋਨ ਟੈਰੀਟਰੀ ਦੇ ਵਿੱਚ ਜਾ ਕੇ ਆਪਣੇ ਪਰਿਵਾਰ ਦਾ ਭੋਖ ਬਣਾਉਣ ਲਈ ਚੈਲੰਜਸ ਨੂੰ ਲੈਂਦੇ ਸੀ ਪਰ ਪੰਜਾਬ ਚ ਉਹ ਹਾਲਾਤ ਪੈਦਾ ਕਰ ਦਿੱਤੇ ਗਏ ਕਿ ਜੇ ਅੱਜ ਅਸੀਂ ਕੈਨੇਡਾ ਜਾਂ ਆਸਟ੍ਰੇਲੀਆ ਦੇ ਹਵਾਲੇ ਨਾਲ ਦੇਖੀਏ ਜਿੱਥੇ 50000 ਤੋਂ 1 ਲੱਖ ਦੇ ਕਰੀਬ ਸਟੂਡੈਂਟ ਉਹਨਾਂ ਦੇ ਨੇ ਤਾਂ ਉਹਨਾਂ ਚ ਆਲਮੋਸਟ ਅਧੀਆਂ ਤੋਂ ਜ਼ਿਆਦਾ ਕੁ ਸ਼ਾਰਦ ਸ਼ਾਇਦ ਜ਼ਿਆਦਾ ਗਿਣਤੀ ਹੋਏ ਉਹ ਬੱਚਿਆਂ ਦੇ ਵੀ ਐ ਸੋ ਇਹ ਮਾਹੌਲ ਜਦੋਂ ਉਹਨਾਂ ਨੇ ਸਿਰਜਿਆ ਉਹਨਾਂ ਨੇ ਸਮਝਿਆ ਕਿ ਵੀ ਇੱਥੇ ਨਾਲ ਦੀ ਨਾਲ ਉਹਨਾਂ ਨੇ ਡੈਮੋਗ੍ਰਾਫੀ ਚੇਂਜ ਕਰਨ ਦੇ ਲਈ ਜਿਵੇਂ ਯੂਪੀ ਬਿਹਾਰ ਦੀ ਬਈਆ ਫੋਰਸ ਲੈ ਆ ਕੇ ਵਸਾਣੀ ਸ਼ੁਰੂ ਕੀਤੀ ਔਰ ਕਿਵੇਂ ਉਹਨਾਂ ਨੇ ਹੌਲੀ 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 ਐਡਡ ਚੈਲੰਜਸ ਖੜੇ ਕੀਤੇ ਪਰ 올 ਆਫ ਸਡਨ ਜਿਹੜੀ ਕਿਸਾਨ ਮੋਰਚੇ ਤੋਂ ਬਾਅਦ ਪੰਜਾਬ ਦੇ ਵਿੱਚ ਉਹਨਾਂ ਨੇ ਤਾਂ ਫਾਈਨਲੀ ਜਿਹੜੇ ਤਿੰਨ ਖੇਤੀ ਕਾਨੂੰਨ ਨੇ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਸੀ ਲੇਕਿਨ ਜੋ ਹੀ ਉਸ ਦੇ ਵਿੱਚ ਜਿਹੜਾ ਸਿੱਖ ਜਵਾਨੀ ਕੁੱਦੀ ਡਾਇਸਪੋਰਾ ਸਿੱਖਾਂ ਨੇ ਕੀ ਰੋਲ ਅਦਾ ਕੀਤਾ ਗੱਲ ਫਸਲਾਂ ਦੇ ਹਵਾਲੇ ਨਾਲ ਸੀ ਗੱਲ ਨਸਲਾਂ ਦੇ ਉੱਤੇ ਵੀ ਹਾਈਲਾਈਟ ਹੋ ਗਿਆ ਖੇਤੀ ਕਾਨੂੰਨ ਤਾਂ ਵਾਪਸ ਹੋਈ ਹੋਏ ਪਰ ਨਸਲਾਂ ਦੀ ਗੱਲ ਜਿਹੜੀ ਹੈ ਉਹ ਉੱਥੇ ਸਟਕ ਹੋਈ ਨੌਜਵਾਨੀ ਨੂੰ ਉਹ ਦੀਪ ਸਿੱਧੂ ਸੀ ਸਿੱਧੂ ਮੂਸੇਵਾਲਾ ਸੀ ਜਾਂ ਅੱਜ ਵਾਰਿਸ ਪੰਜਾਬ ਦੇ ਜਥੇਬੰਦੀ ਜਾਂ ਅਮਰਤਪਾਲ ਸਿੰਘ ਉਹਨਾਂ ਦੀ ਚਰਚਾ ਹੈ ਸੋ ਏਜੰਸੀਆਂ ਨੂੰ ਪਹਿਲਾਂ ਵੀ ਉਹਨਾਂ ਨੂੰ ਕਿਸਾਨ ਮੂਵਮੈਂਟ ਨਾਲ ਕਿਵੇਂ ਡੀਲ ਕਰਨਾ ਹਾਲਾਂ ਲੀਡਰਸ਼ਿਪ 'ਚ ਉਹਨਾਂ ਦੇ ਬੰਦੇ ਬਿਠਾਏ ਸੀ ਕਾਮਰੇਟ ਲੇਕਨ ਹੁਣ ਜੋ ਮਾਹੌਲ ਬਣਿਆ ਕਿਉਂਕਿ ਹੁਣ ਸਿੱਧੇ ਤੌਰ ਤੇ ਆਪਣੀਆਂ ਜਣਾ ਨਾਲ ਜੁੜਨ ਦੀ ਗੱਲ ਹੈ ਕਿ ਅਮਰਤ ਛਕੋ ਗੁਰੂ ਵਾਲੇ ਬਣੋ ਨਸ਼ਿਆਂ ਦਾ ਤਿਆਗ ਕਰੋ ਹੁਣ ਉਹਨਾਂ ਨੂੰ ਇਹ ਫਿਕਰ ਪਿਆ ਕਿ ਬਈ ਜਿਹੜਾ ਅਮਰਤ ਛਕਣ ਦਾ ਮਤਲਬ ਤਾਂ ਗੁਰੂ ਨੂੰ ਸਿਰ ਦੇਣਾ ਹੈ ਸਿਰ ਦੇਣ ਦਾ ਮਤਲਬ ਹੈ ਕਿ ਖਾਲਸਾ ਬਾਦਸ਼ਾਹ ਜਾਂ ਬਾਗੀ ਹੈ ਰਾਜ ਕਰੇਗਾ ਖਾਲਸਾ ਪਾਤਸ਼ਾਹੀ ਦਾਵਾ ਸਾਡਾ ਹੁਣ ਇਸ ਸਾਰੇ ਮਾਹੌਲ ਦੇ ਚੱਲਦੇ ਆ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਜਿੱਥੇ ਹੁਣ ਵਾਸ਼ਿੰਗਟਨ ਡੀਸੀ ਬੀਤੇ ਕੱਲ ਸਾਡੇ ਕੋਲ ਜਦੋਂ ਅੱਡ ਅੱਡ ਦੀਵਾਨ ਤੋਂ ਬਾਅਦ ਮਿਲਣ ਆਂਦੇ ਨੇ ਇੱਕ ਸਿੱਖ ਬੀਬੀ ਜਿਨ੍ਹਾਂ ਦੇ ਬੜੇ ਪਿਆਰੇ ਦੋ ਬੱਚੇ ਨਾਲ ਸੀ ਉਹ ਆਏ ਉਹਨਾਂ ਨੇ ਟੀਵੀ 84 ਨੂੰ ਐਡਮਾਇਰ ਕੀਤਾ ਕਿ ਅਸੀਂ ਦੇਖਦੇ ਹਾਂ ਹਾਲਾਂ ਸੁਬੰਦ ਉਹਨਾਂ ਦਾ ਦਿੱਲੀ ਨਾਲ ਲੱਗਦਾ ਸੀ ਅੱਛਾ ਔਰ ਉਹਨਾਂ ਨੇ ਨਾੜ ਹੀ ਕਿਹਾ ਜੀ ਅਸੀਂ ਵੀਰ ਅਮਰਤਪਾਲ ਸਿੰਘ ਉਹਦੀ ਮਦਦ ਕਰਨਾ ਚਾਹੁੰਦੇ ਹਾਂ ਅਸੀਂ ਕਿਵੇਂ ਕਰ ਸਕਦੇ ਹੁਣ ਇਹ ਮੈਨੂੰ ਇਕਦਮ ਜਿਹੜਾ ਇਹ ਲੱਗਾ ਮੈਂ ਕਿਹਾ ਕਿ ਇਹ ਹੁੰਦਾ ਜਦੋਂ ਅਸੀਂ ਜਿਵੇਂ ਪੰਥ ਦੀ ਗੱਲ ਕਰਦੇ ਆ ਅਸੀਂ ਦੋ ਵੇਲੇ ਦੀ ਅਰਦਾਸ ਚ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਚਿਆ ਰਿਹਾ ਹੈ ਤਾਂ ਖਾਲਪੁਰਖ ਤੋਂ ਮੰਗਦੇ ਆ ਤੇ ਇਹ ਜ਼ਜ਼ਬਾ ਜਦੋਂ ਕੋਈ ਕੌਮ ਦੀ ਗੱਲ ਕਰਦਾ ਹੈ ਪੰਥ ਦੀ ਗੱਲ ਕਰਦਾ ਹੈ ਗੁਰੂ ਦੇ ਘਰ ਪਰਤਣ ਦੀ ਗੱਲ ਕਰਦਾ ਹੈ ਕਲਗੀਆਂਵਾੜੇ ਦੇ ਦੇਸ਼ ਆਨੰਦਪੁਰ ਦੀ ਗੱਲ ਕਰਦਾ ਹੈ ਆਪਣਿਆਂ ਦੇ ਅੰਦਰ ਕਿਸ ਕਿਸਮ ਦਾ ਚਾਅ ਉਮਾਹ ਹੁੰਦਾ ਹੈ ਅੱਛਾ ਔਰ ਇਸੇ ਤਰ੍ਹਾਂ ਵੀਰ ਸੁਰਿੰਦਰ ਸਿੰਘ ਸਾਡੇ ਜਿਹੜੇ ਇੱਕ ਚੰਗੇ ਸੋਚਵਾਨ ਔਰ ਪੂਰੇ ਡੈਡੀਕੇਟਿਡ ਵੀਰ ਨੇ ਉਹਨਾਂ ਨੇ ਜਿੱਥੇ ਕੁਝ ਆਪਣੇ ਕੰਸਰਨ ਵੀ ਸ਼ੋ ਕੀਤੇ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਪਹਿਲਾਂ ਹੀ ਅਮਰੀਕਨ ਸਟੇਟ ਡਿਪਾਰਟਮੈਂਟ ਔਰ ਦੂਜੀਆਂ ਨਾਲ ਇਸ ਇਸ਼ੂ ਨੂੰ ਲੈਣਾ ਚਾਹੀਦਾ ਹੈ ਅਮਰਪਾਲ ਸਿੰਘ ਦੀ ਸਿਕਿਉਰਿਟੀ ਨੂੰ ਲੈ ਕੇ ਕਿ ਕੋਈ ਵੀ ਸ਼ਰਾਰਤ ਇਸ ਕਿਸਮ ਦੀ ਕਰ ਯਾਨੀ ਇਕਦਮ ਇਹ ਉਹਨਾਂ ਨੂੰ ਏਜੰਸੀਆਂ ਨੂੰ ਸਮਝ ਨਹੀਂ ਆ ਰਹੀ ਕਿ ਇਨਸਟੈਂਟ ਹੀਰੋ ਕੋਈ ਕਿਵੇਂ ਬਣ ਜਾਂਦਾ ਹੈ ਉਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਗੱਲ ਕਿਸੇ ਬੰਦੇ ਦੀ ਉਹ ਜੀ ਇਵੈਂਟ ਮੈਨੇਜ ਕੀਤਾ ਉਹਨਾਂ ਨੂੰ ਉਤਾਰਿਆ ਕਿਸ ਨੂੰ ਲੱਗਦਾ ਜੀ ਤਿਆਰ ਕਰਕੇ ਲੈ ਆਂਦਾ ਹਾਲਾਂ ਜਵੇਂ ਅਸੀਂ ਵੀ ਕਹੇ ਸੀ ਅਲਟੀਮੇਟਲੀ ਤੁਹਾਡੀ ਕਾਰਗੁਜ਼ਾਰੀ ਤੁਹਾਡਾ ਟੈਸਟ ਹੋਏਗਾ ਲੇਕਿਨ ਜਿਹੜਾ ਉਤਸ਼ਾਹ ਇਸ ਕਿਸਮ ਦਾ ਪੰਜਾਬ ਦੀ ਫਜ਼ਾ ਦਾ ਵਿੱਚ ਨੌਜਵਾਨੀ ਦੇ ਵਿੱਚ ਦੇਖਣ ਵਾਲਾ ਆਇਆ ਇਸ ਨੇ ਜਿਹੜਾ ਉਹਨਾਂ ਨੂੰ ਵਕਤ ਪਾਇਆ ਹੋਇਆ ਔਰ ਅਸੀਂ ਸਮਝਦੇ ਹਾਂ ਕਿ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਔਰ ਇਹ ਸਾਰੇ ਚਾਰ ਦਹਾਕਿਆਂ ਦੀ ਕਮਾਈ ਹੈ ਕੋ ਓਵਰਨਾਈਟ ਨਹੀਂ ਹੈ ਕਿਉਂਕਿ ਉਹ ਲਗਾਤਾਰਤਾ ਨਾਲ ਚੱਲ ਰਿਹਾ ਔਰ ਵੈਸੇ ਸਾਡਾ ਇਤਿਹਾਸ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜਿਹੜਾ ਤਿੰਨ ਸਦੀਆਂ ਦਾ ਖਾਲਸੇ ਦਾ ਜਿਹੜਾ ਗਲੋਰੀਅਸ ਇਤਿਹਾਸ ਹੈ ਉਹ ਤੁਹਾਨੂੰ ਵਾਚ ਕਰ ਰਿਹਾ ਹੈ ਤੁਹਾਡੇ ਉੱਤੇ ਤੁਹਾਨੂੰ ਦੇਖ ਰਿਹਾ ਸੋ ਜ਼ਾਹਰ ਹੈ ਕਿ ਇਹ ਸਾਰੇ ਦੇ ਵਿੱਚ ਅਸੀਂ ਉਤਸ਼ਾਹ ਚ ਹੋਈ ਜਾਣਾ ਹੈ ਜੀ ਕੌਮੀ ਆਜ਼ਾਦੀ ਦੀ ਗੱਲ ਵੀ ਹੈ ਦੁਸ਼ਮਣ ਬਾਤ ਕਰਿਆ ਨਾ ਹੋਣੀ ਔਰ ਮੈਂ ਇਹਨੂੰ ਕਨਕਲੂਡ ਕਰਨਾ ਚਾਹੁੰਦਾ ਕਿਉਂਕਿ ਇਸ ਤੇ ਉਹ ਤੇ ਇਵਨ ਭਾਈ ਗਜੈਂਦਰ ਸਿੰਘ ਹੋਰਾਂ ਨੇ ਵੀ ਉਹਨਾਂ ਲੋਕਾਂ ਨੂੰ ਜਿਹੜੇ ਆਪਣੇਆਂ ਦੇ ਉੱਤੇ ਖਾਸ ਤੌਰ ਦੇ ਉੱਤੇ ਅਸੀਂ ਆਪਣੇਆਂ ਦੀਆਂ ਲੱਤਾਂ ਖਿੱਚਣ ਤੇ ਆ ਨੈਗੇਟਿਵਿਟੀ ਕਰਨ ਲਈ ਅਸੀਂ ਦੁਸ਼ਮਣ ਦੇ ਪਿਆਦੇ ਬਣਨ ਨੂੰ ਅੱਜ ਹੀ ਉਹਨਾਂ ਦੀ ਇੱਕ ਨਜ਼ਮ ਆਈ ਹੈ ਅੱਛਾ ਕਿ ਭਾਈ ਇਸ ਗੱਲ ਦਾ ਧਿਆਨ ਰੱਖੋ ਕਿ ਇੱਕ ਰਾਹ ਦੇ ਰਾਈਆਂ ਦੇ ਦਰਦਾਂ ਦੇ ਰਿਸ਼ਤੇ ਨੇ ਨਿਭਾਣੇ ਬਣਦੇ ਨੇ ਜੋ ਨਾਲ ਨਹੀਂ ਸਾਡੇ ਗੱਲ ਲਾਣੇ ਬਣਦੇ ਨੇ ਕੋਈ ਵੱਖਰੇ ਬੈਠੇ ਹੋਣ ਮਨਾਣੇ ਬਣਦੇ ਨੇ ਠੀਕ ਨਹੀਂ ਹੁੰਦਾ ਮੂੰਹ ਫੇਰ ਕੇ ਲੰਘ ਜਾਣਾ ਗੱਲ ਨਿੱਕੀ ਨਿੱਕੀ ਤੇ ਆਪਣਿਆਂ ਨੂੰ ਡੰਗ ਜਾਣਾ ਚੋਬਾਂ ਜਿਹੀਆਂ ਮਾਰਨੀ ਆ ਜੋ ਘਰ ਦੀਆਂ ਗੱਲਾਂ ਨੇ ਸੜਕਾਂ ਤੇ ਖਿਲਾਰਨੀ ਆ ਦੁਸ਼ਮਣ ਨੂੰ ਰਾਹ ਦੇਣਾ ਆਪਣੇ ਘਰ ਆਵਣ ਦਾ ਸਾਡੇ ਘਰ ਦੇ ਵਿਹੜੇ ਵਿੱਚ ਤਕਲਾ ਗੱਡ ਜਾਵਣ ਦਾ ਸਾਡੇ ਘਰ ਦੇ ਵੇੜੇ ਵਿੱਚ ਅੱਗ ਫੁੱਟ ਦੀ ਲਾਉਣ ਦਾ ਠੀਕ ਨਹੀਂ ਹੁੰਦਾ ਦੁਸ਼ਮਨ ਨੂੰ ਰਾਹ ਦੇਣਾ ਆਪਣੇ ਕਰ ਆਉਣ ਦਾ ਇੱਕ ਰਾਹ ਦੇ ਰਾਈਆਂ ਦੇ ਦਰਦਾਂ ਦੇ ਰਿਸ਼ਤੇ ਨਹੀਂ ਨਿਭਾਣੇ ਬਣਦੇ ਨੇ ਜੋ ਨਾਲ ਨਹੀਂ ਸਾਡੇ ਗਲ ਲਾਣੇ ਬਣਦੇ ਨੇ ਇਹ ਐਡਵਾਈਸ ਹੈ ਕਿ ਭਾਈ ਦੁਸ਼ਮਨ ਨੂੰ ਮੌਕਾ ਨਾ ਦੇਈਏ ਕਿ ਵੀ ਸਾਡੇ ਵੇੜੇ 'ਚ ਖਾਲਸਾ ਪੰਥ ਦੇ ਵੇੜੇ 'ਚ ਉਹ ਸੇਹ ਦਾ ਤਕਲਾ ਗੜ ਜਾਣ ਤੇ ਅਸੀਂ ਇੱਕ ਦੂਸਰੇ ਨੂੰ ਜਿਹੜਾ ਉਹ ਦਰਕਾਰ ਦੇ ਫਿਰੇ ਇਹ ਵੇੜਾ ਜੇ ਦੁਸ਼ਮਨ ਨੂੰ ਇਹ ਚੈਲੰਜ ਲੱਗਦਾ ਹੈ ਕਿ ਭਾਈ ਇਹਨਾਂ ਦੀ ਆਵਾਜ਼ ਨੂੰ ਅੱਗੋਂ ਕਿਵੇਂ ਦਬਾਉਣਾ ਹੈ ਤੇ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਭਾਈ ਅਸੀਂ ਉਸ ਵੱਡੇ ਮਨੋਰਥ ਤੇ ਲਈ ਆਪਣੇ ਆਨੂੰ ਗਲ ਦੇ ਨਾਲ ਲਾਈਏ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਥਨੇ ਨਾ ਬ੍ਰੇਕ ਪੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ